ਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ نیوز ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਮੋਬਾਈਲ ਚੌਣ ਵਾਲੇ ਲਈ ਵੱਡੀ ਖਬਰ 1 ਅਕਤੂਬਰ ਤੋਂ ਮੋਦੀ ਇਸ ਕਰਨ ਲੱਗਾ ਇਹ ਵੱਡਾ ਕੰਮ ਤਾਜ਼ਾ ਵੱਡੀ ਖਬਰ ਆ ਚੁੱਕੀ ਆ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਲੰਬੇ ਸਮੇਂ ਤੋਂ ਦੇਸ਼ 'ਚ 5G ਮੋਬਾਈਲ ਸੇਵਾਵਾਂ ਦੀ ਉਡੀਕ ਕੀਤੀ ਜਾ ਰਹੀ ਸੀ ਹੁਣ ਖਬਰ ਹੈ ਕਿ 1 ਅਕਤੂਬਰ ਤੋਂ ਦੇਸ਼ 'ਚ 5G ਸੇਵਾਵਾਂ ਸ਼ੁਰੂ ਹੋ ਜਾਣਗੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ इंडियम मोबाइल कांग्रेस ਦੇ ਵਿੱਚ ਇਸੇਵਾ ਦੀ ਸ਼ੁਰੂਆਤ ਕਰਨਗੇ ਦਿੱਲੀ ਦੇ ਪ੍ਰਗਤੀ ਮੈਦਾਨ ਵਿੱਚ ਇੰਡੀਆ ਮੋਬਾਈਲ ਕਾਂਗਰਸ ਦਾ ਆਯੋਜਨ ਕੀਤਾ ਜਾਏਗਾ ਇਸ ਦੇ ਨਾਲ 5G ਦੀ ਸੇਵਾ ਨੂੰ ਲੈ ਕੇ ਅਮਰੀਕਾ ਦੇ ਹਵਾਬਾਜ਼ੀ ਦੇ ਮੁੱਦੇ ਤੇ ਵੀ ਸ਼ੰਕਾ ਦੂਰ ਹੋ ਜਾਣਗੇ ਇਸ ਮਾਮਲੇ ਤੇ ਧਿਆਨ ਤੋਂ ਬਾਅਦ ਦੂਰ ਸੰਚਾਰ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ ਇਸ ਨੂੰ ਲੈ ਕੇ ਦੇਸ਼ 'ਚ ਕੋਈ ਸਮੱਸਿਆ ਨਹੀਂ ਹੋਵੇਗੀ ਇਸ ਸਮੱਸਿਆ ਨੂੰ ਲੈ ਕੇ IIT मद्रास ਵਿੱਚ ਇੱਕ ਧਿਆਨ ਕੀਤਾ ਗਿਆ ਸੀ IIT ਦੇ ਧਿਆਨ ਮੁਤਾਬਿਕ ਗੈਪਿੰਗ ਕਾਰਨ ਰਿਕਾਜ ਹੋਣ ਵਾਲੇ ਸਮੱਸਿਆਵਾਂ ਦਾ ਸਾਹਮਣਾ ਭਾਰਤ ਨੂੰ ਨਹੀਂ ਹੋਵੇਗਾ ਆਓ ਜਾਣਦੇ ਹਾਂ ਤੁਹਾਡੇ ਲਈ ਸੇਵਾ ਦਾ ਕੀ ਫਾਇਦਾ ਹੋਵੇਗਾ ਜਿਹੜਾ ਤੇਜ਼ ਇੰਟਰਨੈਟ ਸੇਵਾਵਾਂ ਤੁਸੀਂ ਕੁਝ ਟਿੰਡਾ ਦੇ ਵਿੱਚ ਉੱਚ ਗੁਣਵੰਤਾ ਵਾਲੀ ਵੀਡੀਓ ਫੋਟੋਆਂ ਤੇ ਹੋਰ ਦਸਤਾਵੇਜ਼ ਨੂੰ ਡਾਊਨਲੋਡ ਕਰਨ ਦੇ ਯੋਗ ਹੋ ਜਾਓਗੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ